ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਵਯਾ 2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਚੈਨਲ ਦੇ ਉੱਪਰ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਬਸਕ੍ਰਾਈਬ ਜਰੂਰ ਕਰਕੇ ਜਾਓ ਚੈਨਲ ਨੂੰ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਹੋਇਆ ਤਾਂ ਤੇ ਅੱਜ ਆਪਾਂ ਤੁਹਾਡੇ ਲਈ ਕਾਫੀ ਟਾਈਮ ਦੇ ਬਾਅਦ ਵੀਡੀਓ ਲੈ ਕੇ ਆ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਆਪਣੇ ਕੋਲ ਵੀਡੀਓ ਦੇ ਵਿੱਚ ਸੇਲ ਦੇ ਲਈ ਆ ਜਾਂਦਾ ਜੀ 43600 43600 1993 ਮਾਡਲ ਦਾ ਟਰੈਕਟਰ ਇਹ ਟੌਪ ਮਾਡਲ ਦੇ ਵਿੱਚ ਆਉਂਦਾ ਜੀ ਪੂਰਾ ਵਧੀਆ ਸਾਫ ਰੰਗ ਪੇਂਟ ਪਿਆ ਹੋਇਆ Ориジナル ਲੁੱਕ ਦੇ ਵਿੱਚ ਆ ਤੇ Ориジナル ਹੀ ਰੰਗ ਪਿਆ ਹੋਇਆ ਟਰੈਕਟਰ ਦਾ ਬਾਕੀ ਜਿਨ੍ਹਾਂ ਨੇ ਮੋਡੀਫਾਈ ਕਰਨ ਨੂੰ ਲੈਣਾ ਉਹਨਾਂ ਵਾਸਤੇ ਵਧੀਆ ਰਹੂਗਾ ਠੀਕ ਟਰੈਕਟਰ ਆ ਕੰਮ ਵਗੈਰਾ ਦਾ ਬਾਂਕਾਂ ਦੇ ਦੱਸਣ ਅਨਸਾਰ ਕੋਈ ਵੀ ਨਹੀਂ ਭਾਲਦਾਗਾ ਤੇ ਫਰੀਦਕੋਟ ਏਰੀਆ ਵੇਗ ਟਰੈਕਟਰ ਖੜਾ ਹੋਇਆ ਹੈ ਇਹ ਤੇ ਟਰੈਕਟਰ ਦੇ 95 ਪੈਸੇ ਟਾਇਰ ਪਏ ਹੋਏ ਨੇ ਤੇ ਜੋ ਕੀਮਤਾ ਟਰੈਕਟਰ ਦੀ ਮੰਗੀ ਗਈ ਮਾਲਕੀ ਵੀਰਾਂ ਵੱਲੋਂ ਹੈਗੀ ਹੈ 1,90,000 ਰੁਪਇਆ ਤੇ ਇਹਦੇ ਵਿੱਚੋਂ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਮਾਲਕਾਂ ਦੇ ਨੰਬਰ ਫੋਟੋ ਦੇ ਵਿੱਚ ਸਕਰੀਨ ਤੇ ਥੱਲੇ ਸ਼ੋ ਹੁੰਦੇ ਪਏ ਹੋਣਗੇ ਉਹਨਾਂ ਤੇ ਫੋਨ ਲਾ ਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਤੇ ਸੌਰੀ ਜਿਨ੍ਹਾਂ ਦੀ ਵੀ ਵੀਡੀਓ ਨਹੀਂ ਪਾਈ ਗਈ ਠੀਕ ਹੈ ਜੀ ਕਿਉਂਕਿ ਕਾਫੀ ਟਾਈਮ ਹੋ ਗਿਆ ਵੀਡੀਓ ਪਾਈ ਨਹੀਂ ਕਿਉਂਕਿ ਮੇਰੇ ਡੈਡੀ ਦੀ ਡੈੱਥ ਹੋ ਗਈ ਸੀ ਕਿ ਤਾਂ ਕਰਕੇ ਤੇ ਹੋ ਸਕਦਾ ਹੁਣ ਵੀ ਥੋੜੀ ਟੁੱਟਮੀ ਜੀ ਵੀਡੀਓ ਆਵੇ ਪਰ ਹੌਲੀ ਹੌਲੀ ਜੋ ਸੈਟ ਜੇ ਹੋ ਗਏ ਉਦੋਂ ਵੀਡੀਓ ਪਾਉਣ ਲੱਗ ਜਾਵਾਂਗੇ ਦੁਬਾਰਾ ਉਸੇ ਤਰ੍ਹਾਂ ਹੀ ਤੇ ਬਾਕੀ ਜਿਨ੍ਹਾਂ ਨੇ ਪਹਿਲਾਂ ਭੇਜੀ ਸੀ ਪਿਛਲੀ 26 ਤਰੀਕਾਆਂ ਦੀਆਂ ਇਹਨਾਂ ਦੀਆਂ ਵੀ ਐਡਾਂ ਖੜੀਆਂ ਹੋਈਆਂ ਨੇ ਕਿਰਪਾ ਕਰਕੇ ਦੁਬਾਰਾ ਭੇਜ ਦਿਓ ਠੀਕ ਹੈ ਪਰ ਹੌਲੀ ਹੌਲੀ ਭੇਜਿਓ ਫਿਰ ਤੁਹਾਡੀ ਪਾਉਗੀ ਉਹ ਐਡ ਕਿਉਂਕਿ ਹੁਣ ਫੋਟੋਆਂ ਡਾਊਨਲੋਡ ਨਹੀਂ ਹੁੰਦੀਆਂ ਪੁਰਾਣੀਆਂ ਇੰਨੀਆਂ ਤੇ ਅੱਗੇ ਆਪਣੇ ਕੋਲ ਆ ਜਾਂਦਾ 43620 43620 ਬਹੁਤ ਵਧੀਆ ਟਰੈਕਟਰ ਰਹੇ ਨੇ ਠੀਕ ਹੈ ਜੀ 95 ਮਾਡਲ ਆ ਇਹ ਇਹ 95 ਮਾਡਲ ਆ ਤੀਰਮੋਗੇ ਏਰੀਏ ਵਿੱਚ ਹੀ ਖੜਾ ਹੋਇਆ ਹੈ ਟਰੈਕਟਰ ਬਹੁਤ ਸਾਫ ਪਿਆ ਹੋਇਆ 85 ਪੈਸੇ ਟਾਇਰ ਆ ਇਹਦੇ ਇਹਦੇ 85 ਪੈਸੇ ਟਾਇਰ ਪਏ ਹੋਏ ਆ ਪੂਰਾ ਸਾਫ ਕੰਡੀਸ਼ਨ ਦੇ ਵਿੱਚ ਆ Ориਜਨਲ ਲੋਕਰ ਰੱਖੀ ਹੋਈ ਆ ਕੋਈ ਯਾਨੀ ਕਿ ਪੇਂਟ ਨਹੀਂ ਕੋਈ ਰੰਗ ਨਹੀਂ ਕੁਝ ਵੀ ਨਹੀਂ ਕੋਈ ਛੇੜਖਾਂਦੀ ਨਹੀਂ ਹੋਈਗੀ ਜਿਹਦੇ ਕੋਲੇ 3620 ਆ ਪਹਿਲੀ ਗੱਲ ਤੇ ਛੇਤੀ ਵੇਚਦਾ ਨਹੀਂਗਾ ਕੋਈ ਮਜਬੂਰੀ ਹੋ ਜਾ ਚਲੋ ਪਾਸ ਉਹ ਵੇਚ ਵੀ ਦਿੰਦੇ ਆ ਬੰਦੇ ਯਾਨੀ ਕਿ ਟਰੈਕਟਰ ਬਹੁਤ ਹੀ ਜ਼ਿਆਦਾ ਸੈੱਟ ਰਹਿੰਦੇ ਨੇ ਤੇ ਇਹਨਾਂ ਦਾ ਰੇਟ ਵੀ ਥੋੜਾ ਜ਼ਿਆਦਾ ਹੁੰਦਾ ਵਾ ਕਿਉਂਕਿ ਵੱਡੇ ਟਰੈਕਟਰ ਅੱਜ ਕੱਲ੍ਹ ਆਏ ਟਰੈਕਟਰਾਂ ਦੇ ਇਹ ਮੁਕਾਬਲੇ ਕਰਦੇ ਨੇ ਇਹ ਡਬਲ ਕਲੱਚ ਹੁੰਦਾ ਇਹ ਇਹ ਵੀ ਡਬਲ ਕਲੱਚ ਟਰੈਕਟਰ ਆ ਤੇ 2,25,000 ਰੁਪਿਆ ਜਿਹੜਾ ਇਹ ਟਰੈਕਟਰ ਦਾ ਮੁੱਲ ਰੱਖਿਆ ਗਿਆ ਵਾ ਠੀਕ ਹੈ ਜੀ ਬਾਕੀ ਕੀਮਤ ਜਾਇਜ ਆ ਇਹਦੇ ਵਿੱਚੋਂ ਘਟਣਾ ਵੀ ਹੈਗਾ ਹਜੇ ਤੇ ਪੂਰਾ ਜਾਇਜ ਡਿਮਾਂਡ ਆ ਜੋ ਵੀ ਨੰਬਰ ਆ ਮਾਲਕਾਂ ਦੇ ਆਪਾਂ ਥੱਲੇ ਦੇ ਰਹੇ ਆ ਤੁਸੀਂ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਫੋਨ ਦੇ ਉੱਪਰ ਹੋਰ ਤੁਸੀਂ ਜਾਣਕਾਰੀ ਲੈ ਸਕਦੇ ਹੋ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਤੇ ਬਾਕੀ ਟੋੜੇ ਜਣਾ ਤੱਕ ਵੀਡੀਓ ਹੋਰ ਬਹੁਤ ਆ ਜਾਣੀਆਂ ਵਾ ਗੱਲ ਟਰੈਕਟਰ ਆਏ ਤੇ ਵੀ ਚਾਲੂ ਕਰਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰ ਜਿਹੜਾ ਆਪਣਾ ਜੱਟ ਜੋਂ 2 ਸੀਗਾ ਉਹ ਵੀ ਬਸ ਮੋਨਟਾਈਜ਼ ਹੋ ਜਾਣਾ ਅੱਜ ਤੇ ਅੱਗੇ ਆਪਣੇ ਕੋਲ ਆ ਜਾਂਦਾ 43610 3610 ਦੇ ਵਿੱਚ ਇਹਦੇ ਮਾਡਲ ਦੀ ਗੱਲਬਾਤ ਕਰੀਏ ਜੇ ਆਪਾਂ ਵੀਰਾਂ ਨੇ ਨਾ ਇਹਦਾ ਮਾਡਲ ਮੂਡਲ ਅ ਦੱਸਿਆ ਨਹੀਂਗਾ ਅਈ ਸ਼ਰ 92 ਖਣੀ 93 ਮਾਡਲ ਆ ਜਿਸੇ ਤੱਕ ਮੈਨੂੰ ਉਮੀਦ ਆ ਤੇ ਬਾਕੀ ਤੁਸੀਂ ਫੋਨ ਦੇ ਉੱਪਰ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰ ਲਿਓ 92 ਚ 93 ਜਿਹਦੇ ਹਿਸਾਬ ਨਾਲ ਇਹਦੀ ਜਾਂ ਕੰਡੀਸ਼ਨ ਇੰਨੀ ਕੁ ਹੈਗਾ 91 ਤੋਂ 93 ਦੇ ਵਿੱਚ ਵਿੱਚ ਤੇ ਅੱਧੇ ਤੈਰ ਪਏ ਹੋਏ ਨੇ ਪਹਿਲੇ ਨਾਮ ਆ ਪਹਿਲੇ ਨਾਮ ਫਰਸਟ ਓਨਰ ਨੇ ਠੀਕ ਹੈ ਜੀ ਬਾਕੀ ਬਹੁਤ ਸੋਹਣਾ ਪਿਆ ਹੋਇਆ ਸਾਫ ਰੰਗ ਦੇ ਵਿੱਚ ਆ ਟਰੈਕਟਰ Ориਜਨਲ ਹੀ ਟਰੈਕਟਰ ਇਹ ਪਿਆ ਹੋਇਆ ਜਿਨ੍ਹਾਂ ਨੇ ਵੀ ਲੈਣਾ ਹੋਵੇ ਬਹੁਤ ਸਾਫ ਸੁਥਰਾ ਤੇ 1.5 ਲੱਖ ਰੁਪਇਆ ਮੁੱਲ ਮੰਗਿਆ ਗਿਆ ਇਹਦਾ 155000 ਸੌਰੀ ਮੋਲਾ 155000 ਰੁਪਇਆ ਮੋਲਾ ਟਾਇਰ ਵੀ ਠੀਕ ਪਏ ਹੋਏ ਨੇ ਕੰਮ ਵੀ ਬਹੁਤ ਵਧੀਆ ਕਰਦੇ ਹੁੰਦੇ ਹੈ ਟਰੈਕਟਰ Ориਜినਲ ਲੌਕ ਦੀ ਵਜ੍ਹਾਸ ਆਪਾਂ ਗੱਲ ਕਰਾਂਗੇ ਕਿਸੇ ਰਣ ਬੇਲੇ ਹੋ ਕੇ ਇਨ੍ਹਾਂ ਟਰੈਕਟਰਾਂ ਦੀ ਵੀ ਕਿਹੋ ਜੀ ਹੁੰਦੀ ਸੀਗੀ Ориਜినਲ ਏਜੰਸੀ ਦੇ ਵਿੱਚੋਂ ਤੇ ਅੱਗੇ ਆਪਣੇ ਕੋਲ ਆ ਜਾਂਦੇ ਆ ਹਾਲੈਂਡ ਦੇ ਵੇਟ ਨੇ ਇੱਕ ਕੁਆਂਟਲ 20 ਕਿਲੋ ਦੇ ਏ ਵੇਟ ਨੇ ਯਾਨੀ ਕਿ ਚਾਰੋਂ ਪਲੇਟਾਂ ਟੋਟਲ ਵੇਟ ਇੰਨਾ ਹੈ ਦਾ ਤੇ 8500 ਰੁਪਇਆ ਡਿਮਾਂਡ ਸੀਗੀ ਤਰਨਤਾਰਨ ਏਰੀਏ ਵਿਖੇ ਇਹ ਪਿਆ ਪਏ ਹੋਏ ਆ ਵੇਟ ਉੱਥੇ ਜਾ ਕੇ ਮਾਲਕਾਂ ਨਾਲ ਗੱਲਬਾਤ ਕਰਕੇ ਇਹਦੇ ਬਾਰੇ ਹੋਰ ਬੇਟਾ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਬਹੁਤ ਵਧੀਆ ਵੇਟ ਪਏ ਹੋਏ ਨੇ ਜਿਨ੍ਹਾਂ ਕੋ ਹੌਲੈਂਡ ਟਰੈਕਟਰ ਆ ਜਾਂ ਕੋਈ ਵੀ ਟਰੈਕਟਰ ਆ ਉਹਦੇ ਵਿੱਚ ਚਲਾਉਣ ਨੂੰ ਵਧੀਆ ਰਹੂਗਾ ਤੇ ਅੱਗੇ ਆਪਣੇ ਕੋਲ 16 ਤਵੀਆਂ ਦਾ ਸੈਟ ਅਪ ਕਾਊ ਆ ਜਾਂਦਾ ਜੀ 16 ਤਵੀਆਂ ਦਾ ਸੈਟ ਅਪ ਕਾਊ ਆ 2018 ਸਾਨਾ ਦੇ ਵਿੱਚ ਇਹ ਤਵੀਆਂ ਬਣਵਾਈਆਂ ਗਈਆਂ ਸੀਗੀਆਂ ਰੰਗ ਪੇਂਟ ਵਗੈਰਾ ਵੇਖ ਸਕਦੇ ਹੋ ਪੂਰਾ ਵਧੀਆ ਰੰਗ ਪੇਂਟ ਪਿਆ ਤਵੇ ਵਗਾਰੇ ਵੀ ਓਕੇ ਪਏ ਹੋਏ ਨੇ ਵਧੀਆ ਤਵੇ ਪਏ ਹੋਏ ਨੇ ਤੇ ਬੈਰੰਗਪੁਰੰਗ ਦੀ ਹਾਲਤਾਂ ਦੀ ਗੱਲ ਕਰੀਏ ਉਹ ਵੀ ਦੱਸਣ ਅਨਸਾਰ ਪੂਰੀ ਵਧੀਆ ਪਏ ਹੋਏ ਨੇ ਰੇਟ ਤੇ ਏਰੀਆ ਤੁਹਾਨੂੰ ਫੋਨ ਤੇ ਪਤਾ ਲੱਗ ਜਾਊਗਾ ਨੰਬਰ ਮਾਲਕਾਂ ਦਾ ਥੱਲੇ ਆ ਤੁਸੀਂ ਫੋਨ ਲਾ ਕੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਹੋਰ ਤਵੀਆਂ ਦੇ ਬਾਰੇ ਜਾਣਕਾਰੀ ਰੇਟ ਤੇ ਏਰੀਆ ਫੋਨ ਦੇ ਉੱਪਰ ਪੁੱਛ ਸਕਦੇ ਹੋ ਪੂਰੀ ਸੋਹਣੀਆਂ ਤਵੀਆਂ ਠੀਕ ਹਾਲਤ ਦੇ ਵਿੱਚ ਵਧੀਆ ਹਾਲਤ ਦੇ ਵਿੱਚ ਬਕਾਊ ਪਾਈਆਂ ਹੋਈਆਂ ਸੀਗੀਆਂ ਬਾਕੀ ਜੇ ਜੇ ਵੀਡੀਓ ਵਧੀਆ ਲੱਗਦੀ ਹੋਈ ਤਾਂ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰਕੇ ਜਾਇਓ ਠੀਕ ਹੈ ਜੀ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਆ ਜਾਂਦਾ ਅੱਗੇ ਆਪਣੇ ਕੋਲ ਵੀਡੀਓ ਵਿੱਚ ਤੇ ਜਿਹੜਾ ਇਹ ਫਾਰਮ ਟਰੈਕ 60 ਆ ਇਹ ਹੈਗਾ 2009 ਮਾਡਲ 2009 ਮਾਡਲ ਦਾ ਟਰੈਕਟਰ ਇਹ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ ਰੰਗ ਪੇਂਟ ਵੀ ਬਹੁਤ ਸੋਹਣਾ ਪਿਆ ਹੋਇਆ ਟਰੈਕਟਰ ਦਾ ਚਾਰੋਂ ਟਾਇਰ ਨਵੇਂ ਨੇ ਮੂਰੇ ਬੰਪਰ ਬੰਪਰ ਲੱਗਾ ਹੋਇਆ ਬਾਕੀ ਹੈਵੀ ਬੰਪਰ ਆ ਬਿਉਟ ਪਾਵਰ ਵਾਲਾ ਪਾਵਰ ਸਟੀering ਨਹੀਂ ਹੈਗਾ ਬਿਉਟ ਪਾਵਰ ਆ ਇਹ ਜੇ ਤੁਸੀਂ ਕਰਨਾ ਤਾਂ ਹੋ ਜਾਊਗਾ T20 ਦਾ ਸਮਾਨ ਲਾ ਕੇ ਹੋ ਜਾਂਦਾ ਇਸੇ ਸਥਿਤੀ ਹੀ ਹੋ ਜਾਣਾ ਵਾ ਜੇ ਹਿੱਸਾ ਬਦਲੀ ਕਰਨਾ ਤੁਹਾਨੂੰ ਚੁੱਲਾ ਚਾਲਾ ਬਦਲੀ ਕਰਨਾ ਪਊਗਾ ਤੇ ਬਾਕੀ ਪੂਰਾ ਓਕੇ ਜੈਨੂਮ ਲੁੱਕ ਦੇ ਵਿੱਚ ਰੱਖਿਆ ਹੋਇਆ ਵਾ ਕੋਈ ਰੰਗਣਾ ਛੇੜਖਾਨੀ ਨਹੀਂ ਹੋਈਗੀ ਬਾਕੀ ਲਾਸਟ ਕਰਾਂ ਵਾਲਾ ਹੈ ਤੇ ਜਿਹੜਾ ਰੇਟ ਆ ਇਹਦਾ ਉਹ ਹੈਗਾ 3 ਲੱਖ ਰੁਪਈਆ 3 ਲੱਖ ਰੁਪਈਆ ਮੁੱਲ ਸੀਗਾ ਮੰਗਿਆ ਗਿਆ ਜਿਹੜਾ ਮਾਲਕ ਵੀਰਾਂ ਵੱਲੋਂ ਬਾਕੀ ਆਂਦੇ ਸੀ ਮੌਕੇ ਦੇ ਉੱਪਰ ਲੈਸ ਵੀ ਕਰ ਲੈਣਗੇ ਥੋੜਾ ਬਹੁਤਾ ਹੋ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਕਰਿਓ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਤੇ ਬਾਕੀ ਥੋੜਾ ਛਾਂ ਤੇ ਟੁੱਪ ਦਾ ਇਕੱਠਾ ਜਿਹਾ ਖੜਾ ਕਰਕੇ ਥੋੜਾ ਰੰਗ ਦੇ ਵਿੱਚ ਫਰਕ ਜਾਂ ਪਾਉਂਦਾ ਇਹ ਖੜ ਕੇ ਤੇ ਜੇ ਆਪਾਂ ਕਿਉਂ ਬਰਾਂਡੇ ਵਿੱਚ ਫੋਟੋਆਂ ਖਿੱਚਦੇ ਆ ਉਹ ਥੋੜੀਆਂ ਜੀਆਂ ਐਂ ਲੱਗਦਾ ਵੀ ਰੰਗ ਬਹੁਤ ਜ਼ਿਆਦਾ ਦਿਖਾ ਰਿਹਾ ਟਰੈਕਟਰ ਵੀ ਰੰਗ ਕੀਤਾ ਹੁੰਦਾ ਜੋ ਬਾਹਰ ਲਾ ਦਿੰਦੇ ਉਹਦੋਂ ਐਂ ਲੱਗਦਾ ਵੀ ਰੰਗ ਹੈ ਹੀ ਨਹੀਂਗਾ ਟਰੈਕਟਰ ਨੂੰ ਠੀਕ ਹੈ ਜੀ ਸੋ ਫੋਟੋ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਕੁਝ ਵੀ ਜਜ ਨਹੀਂ ਕਰ ਸਕਦੇ ਜਿੰਨ ਤੱਕ ਆਪਾਂ ਟਰੈਕਟਰ ਦੇ ਜਾਂ ਮਸ਼ੀਨਰੀ ਦੇ ਕੋਲ ਨਹੀਂ ਜਾਂਦੇ ਤੇ ਅੱਗੇ ਆ ਜਾਂਦਾ ਹੌਲੈਂਡ 5500 2007 ਮਾਡਲ ਆ ਇਹ 2007 ਮਾਡਲ ਆ ਤੇ ਇੱਕ ਮੇਰੀ ਯਾਰ ਬੇਨਤੀ ਆ ਕਿ ਏਰੀਆ ਜ਼ਰੂਰ ਦੱਸਦਾ ਕਰੋ ਠੀਕ ਹੈ ਏਰੀਆ ਜ਼ਰੂਰ ਦੱਸ ਕੇ ਜਾਇਆ ਕਰੋ ਸਾਰੇ ਜਾਣੇ ਤੇ ਜਿਹੜੇ ਮਹਾਨ ਬੰਦੇ ਹੁੰਦੇ ਆਪਣੇ ਵੱਡੇ ਵਪਾਰੀ ਜਿਹੜੇ ਹੁੰਦੇ ਕਮੈਂਟਾਂ ਵਾਲੇ ਉਹ ਦੂਰ ਹੀ ਰਹਿਆ ਕਰੋ ਨਾ ਆਉਣ ਵਾਲੀ ਲਾਪਾ ਕਰਾਇਆ ਕਰੋ ਠੀਕ ਹੈ ਨਾ ਲੋਕ ਗਾਲ੍ਹਾਂ ਬਹੁਤ ਕੱਢਦੇ ਆ ਬਾਅਦੋਂ ਕਮੈਂਟਾਂ ਦੇ ਵਿੱਚ ਬਾਅਦੋਂ ਮੈਨੂੰ ਡਿਲੀਟ ਕਰਨੇ ਪੈਂਦੇ ਓਕੇ ਓਕੇ ਤੇ ਇਹ ਜਿਹੜਾ ਟਰੈਕਟਰ ਆ ਬਹੁਤ ਸਾਫ਼ ਪਿਆ ਹੋਇਆ ਟਾਇਰ ਵੀ ਸੋਹਣੇ ਪਏ ਹੋਇਆ ਸ਼ੋਅ ਵਗੈਰਾ ਦਾ ਰੰਗ ਵੀ ਟੋਟਲੀ ਪੂਰਾ ਵਧੀਆ ਪਿਆ ਹੋਇਆ ਤੇ 3.5 ਲੱਖ ਰੁਪਈਆ ਮੁੱਲ ਇਹਦਾ ਬਾਕੀ ਮੌਕੇ ਦੇ ਉੱਪਰ ਰੇਡ ਦੇ ਵਿੱਚੋਂ ਘਟਵਾਦ ਕੀਤਾ ਜਾਊਗਾ ਜੋ ਵੀ ਨੰਬਰ ਨੇ ਮਾਲਕਾਂ ਦੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਉਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ WhatsApp ਦੇ ਉੱਪਰ ਜਿਹੜੀ ਗੱਲਬਾਤ ਕਰਕੇ ਮਾਲਕਾਂ ਦੇ ਨਾਲ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਤੇ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਕੰਮ ਕੋਈ ਵੀ ਨਹੀਂ ਭਾਲਦਾਗਾ ਵਾਹ ਕੇ ਚਲਾ ਕੇ ਦੇਣ ਦੀ ਗਾਰੰਟੀ ਆ ਤਸੱਲੀ ਵੀ ਦਿੱਤੀ ਜਾ ਰਹੀ ਆ ਸੱਤ ਮਾਡਲ ਆ 7.5 ਲੱਖ ਰੁਪਿਆ ਡਿਮਾਂਡ ਰੱਖੀ ਗਈ ਆ ਤੇ ਬਾਕੀ ਵਿਦਾਊਟ ਪਾਵਰ ਵਾਲਾ ਹੈ ਪਾਵਰ ਸਟੀering ਵਾਲਾ ਟਰੈਕਟਰ ਨਹੀਂਗਾ ਇਹ विदाउट पावर ਵਾਲਾ ਜੇ ਤੁਸੀਂ ਪਾਵਰ ਕਰਨਾ ਚਾਹੁੰਦੇ ਹੋ ਸੋ ਨੂੰ ਪਟਿਆਲੋਂ ਸਮਾਨ ਲੈ ਕੇ ਸਾਬ ਜਾਨੀ ਘੱਟ ਰੇਟ ਦੇ ਵਿੱਚ ਹੋ ਜਾਂਦਾ ਵਾ ਜੇ ਇਧਰੋਂ ਲੋਕਲ ਕਰਾਉਣਾ ਉਹ ਥੋੜਾ ਮਹਿੰਗਾ ਪੈਂਦਾ ਵਾ ਨਾ ਹੀ ਉਹ ਗੱਲ ਬੰਦ ਦੀ ਹੈ ਅਰੀਜਨਲ ਵਾਲੀ ਤੇ ਜੋਨਾਂ ਮਰਜੀ ਲੋਕ ਕਹੀ ਜਾਣ ਹਨਾ ਪਰ ਚਲੋ ਜਿਹੜੇ ਫੋਰਡ ਫੋਰ ਵਗੈਰਾ ਹੁੰਦੇ ਆ ਉਹਨਾਂ ਦੇ ਸਰ ਜਾਂਦਾ ਪਰ ਇਹੋ ਜਿਹਾ ਟਰੈਕਟਰਾਂ ਦੇ ਨਹੀਂ ਸਰਦਾ ਇਧਰੋਂ ਕਰਾ ਕਰੂ ਕੇ ਬਾਕੀ HMT 65b ਹੋਣ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆਇਆ ਹੁੰਦਾ ਤੇ ਫੋਟੋਆਂ ਜਿਹੜੀਆਂ ਅਰੀਜਨਲ ਆ ਉਹ ਸਾਨੂੰ ਮਾਲਕ ਦੇ ਦੇਣਗੇ 1988 ਮਾਡਲ ਹੈ ਇਹ ਬਹੁਤ ਸਾਫ਼ ਪਿਆ ਹੋਇਆ ਲੈਫਟ ਦਾ ਕੰਮ ਨਵਾਂ ਹੋਇਆ ਵਾ ਤੇ 45 ਪੈਸੇ ਚਾਰੋਂ ਟਾਇਰ ਨੇ 45 ਪੈਸੇ ਚਾਰੋਂ ਟਾਇਰ ਨੇ ਬਾਕੀ ਰੰਗ ਰੰਗ ਵੀ ਪੂਰੀ ਤਰ੍ਹਾਂ ਦਖ ਦੇ ਰਿਹਾ ਆਪਾਂ ਨੂੰ ਕਹਿੰਦੇ ਲੋੜ ਨਹੀਂ ਪੈਂਦੀ ਭਾਈ ਕੋਈ ਅਜੇ ਤੱਕ ਮੈਨੂੰ ਉਮੀਦ ਆ ਟੋਟਲ ਜਾਂ ਫਿਰ ਆਏ ਆ ਵੀ ਸ਼ੋ ਸ਼ੂ ਟੋਟਲੀ ਲਾ ਕੇ ਰੱਖੀ ਹੋਈ ਆ ਟਰੈਕਟਰ ਦੀ ਜਮਾ ਹੀ ਨਹੀਂ ਕੋ ਬੱਜਿਆ ਹੋਇਆਗਾ ਜੇ ਤੱਕ ਮੈਨੂੰ ਉਮੀਦ ਨਹੀਂ ਦੀਾ ਹੋ ਸਕਦਾ ਵੀ ਲਾ ਕੇ ਵੀ ਰੱਖਿਆ ਹੋਵੇ ਹੋ ਸਕਦਾ ਟਰੈਕਟਰ ਰੰਗ ਵੀ ਹੋਇਆ ਹੋਵੇ ਇਹ ਤੁਸੀਂ ਮਾਲਕਾਂ ਤੋਂ ਗੱਲਬਾਤ ਕਰਕੇ ਪੁੱਛ ਲਿਓ ਆਪਾਂ ਨੂੰ ਲਿਖ ਕੇ ਨਹੀਂ ਆਇਆ ਹੋ ਅਸੀਂ ਰੰਗ ਰੰਗ ਬਾਰੇ ਕੁਝ ਵੀ ਤਰਨਤਾਰਨ ਏਰੀਏ ਵਿੱਚ ਖੜਾ ਹੋਇਆ ਹੈ 1,75,000 ਰੁਪਏ ਟਰੈਕਟਰ ਦਾ ਮੁੱਲ ਸੀਗਾ ਰੱਖਿਆ ਗਿਆ ਬਾਕੀ ਆਂਦੇ ਸੀ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਜੋ ਵੀ ਮਾਲਕਾਂ ਦੇ ਨੰਬਰ ਨੇ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਉਹਨਾਂ ਨੰਬਰਾਂ ਤੇ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਅ ਹੋ ਟਰੈਕਟਰ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਬਾਕੀ ਬਹੁਤ-ਬਹੁਤ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਵਧੀਆ ਲੱਗੀ ਹੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ